ਆ ਲੱਕੜਾ ਜੀ ਜੇ ਕਿਹਨੂੰ ਸ਼ੂਗਰ ਹੋਵੇ ਤਾਂ ਕੋਰੇ ਗੁੱਜੇ ਦੇ ਵਿੱਚ ਭਿਆਉਣੀ ਪੈਂਦੀ ਹੈ। ਮੰਨ ਲਓ ਪਹਿਲੇ ਦਿਨ ਗੋਲੀ ਛੁੱਟ ਜਾਂਦੀ ਹੈ ਤਾਂ ਖਾਲੀ ਪੇਟ ਇਹਦਾ ਪਾਣੀ ਪੀਣਾ ਪੈਂਦਾ ਜੀ। ਮੰਨ ਲਓ 20-22 ਦਿਨ ਪੀਓ ਜੀ, ਸ਼ੂਗਰ ਖਤਮ ਹੋ ਜਾਂਦਾ ਬਿਲਕੁਲ। ਜੇ ਗੋਡਿਆਂ ਦਾ ਦਰਦ ਹੋਵੇ ਤਾਂ ਸਿਰਫ ਮੰਨ ਲਓ ਤੁਸੀਂ 5 ਮਿੰਟ ਲਾਉਂਦੇ ਆ ਜੀ, 5 ਮਿੰਟਾਂ 'ਚ ਗੋਡੇ ਠੀਕ ਹੋ ਜਾਂਦੇ ਨੇ, ਕੋਈ ਗਲੀਸ ਨਹੀਂ ਮੁੱਕਦਾ ਜੀ। ਹਾਂ ਇਹ ਗੱਲ ਦਾ ਵਾਅਦਾ ਜੀ, ਸਾਡਾ ਸ਼ੂਗਰ ਖਤਮ ਹੋ ਜਾਂਦਾ। ਮੰਨ ਲਓ 4 ਦਿਨਾਂ ਦੇ ਅੰਦਰ ਅੰਦਰ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਮੇਰਾ ਸ਼ੂਗਰ ਖਤਮ ਹੋਣ ਲੱਗ ਗਿਆ। ਕਿਉਂ ਜਿੰਨਾ ਸਰੀਰ ਟੁੱਟਦਾ, ਮੰਨ ਲਓ ਸਰੀਰ ਟੁੱਟਣੋਂ ਹਟ ਜਾਂਦਾ ਜੀ 4 ਦਿਨਾਂ ਦੇ ਅੰਦਰ ਅੰਦਰ। ਇਹ ਮੰਨ ਲਓ ਸਾਡੀ ਪੂਰੀ ਫੁੱਲ ਗਰੰਟੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੇ ਵੀ ਇਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਆਜ਼ਾਦ। ਇਸ ਵਕਤ ਮੈਂ ਨਿਹਾਲ ਸਿੰਘ ਔਲਾ ਦੇ ਅਧੀਨ ਪਿੰਡ ਇਤਿਹਾਸਕ ਧਰਤੀ ਦੀਨਾ ਸਾਹਿਬ ਖੜਾ। ਉਸ ਦੇ ਨਾਲ ਹੀ ਜਿਹੜਾ ਨਜ਼ਦੀਕ ਲੋਹਗੜ ਗੁਰਦੁਆਰਾ ਸਾਹਿਬ ਆ ਤੇ ਉਸ ਦੇ ਪਾਸ ਹੀ ਜਿਹੜੇ ਵੈਦ ਰਹਿੰਦੇ ਨੇ, ਇਹਨਾਂ ਦਾ ਦਾਅਵਾ ਕਿ ਇਹ ਲੱਕੜ ਦੇ ਨਾਲ ਸਰਵਾਈਕਲ ਸ਼ੂਗਰ ਤੇ ਜਿਹੜੇ ਜੋੜਾਂ ਦੇ ਦਰਦਾਂ ਦਾ ਇਲਾਜ ਕਰਦੇ ਨੇ। ਸੋ ਗੱਲਬਾਤ ਕਰਦੇ ਆ ਕੀ ਸੱਚ ਆ ਕਿੰਨਾ ਝੂਠਾ। ਤੇ ਸਾਡੇ ਨਾਲ ਮੌਜੂਦ ਨੇ ਜੀ, ਵੈਦ ਜੀ ਦਾ ਨਾਂ ਸੰਦੀਪ ਗਿੱਲ ਆ ਤੇ ਨੱਥੂ ਰਾਮ ਬਾਬੇ ਦੇ ਨਾਂ ਨਾਲ ਜਾਣਿਆ ਜਾਂਦਾ ਇਹਨਾਂ ਨੂੰ, ਵੈਦ ਨੱਥੂ ਰਾਮ। ਹਾਂਜੀ, ਸਭ ਤੋਂ ਪਹਿਲਾਂ ਜੇਵੀਐਸ ਟਾਈਮ ਤੇ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵੈਦ ਜੀ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ? 18-19 ਸਾਲ ਹੋ ਗਏ ਜੀ ਮੈਨੂੰ ਜੀ। ਪਿਛੋਕੜ ਕਿੱਥੋਂ ਦਾ ਤੁਹਾਡਾ? ਅਕਬਰ ਪ੍ਰਸੰਨਾ ਦਾ ਜੀ। ਜੀ ਹਾਂਜੀ। ਇਹ ਕਿੱਤੇ ਦੇ ਵਿੱਚ ਫਿਰ ਤੁਸੀਂ ਕਿੱਥੋਂ ਇਲਮ ਲਿਆ ਜਿਹੜਾ? ਇਹ ਜੀ ਮੈਨੂੰ ਕਿਸੇ ਸਾਧ ਨੇ ਕੰਮ ਸਿਖਾਇਆ ਸੀਗਾ, ਸਾਧ ਤੋਂ ਸਿੱਖਿਆ ਸੀਗਾ ਜੀ। ਤੁਹਾਨੂੰ ਸ਼ੋਰ ਆ ਵੀ ਜਿਸ ਤਰ੍ਹਾਂ ਹੁਣ ਦਵਾਈਆਂ ਦਿੰਦੇ ਜੀ, ਮਹਿੰਗੇ ਮਹਿੰਗੇ ਹਸਪਤਾਲ ਖੁੱਲੇ ਆ? ਦੇਖੋ ਜੀ, ਇਹ ਜਿਹੜਾ ਸ਼ੂਗਰ ਆ, ਸ਼ੂਗਰ ਦਵਾਈਆਂ ਨਾਲ ਤਾਂ ਹਟਦਾ ਨਹੀਂ ਜੀ। ਇਹ ਅਸੀਂ ਲੱਕੜ ਦੀ ਗਰੰਟੀ ਦਿੰਦੇ ਆ, ਪਹਿਲੇ ਦਿਨ ਗੋਲੀ ਸੁੱਟ ਜਾਂਦੀ ਆ। ਜੇ ਕਿਹਨੂੰ ਸਰਮਾਈਕਲ ਆ, ਮੰਨ ਲਓ ਜੇ ਕਿਹਨੂੰ ਸ਼ੂਗਰ ਆ, ਜਾਂ ਕਿਤੇ ਗੋਡੇ ਦੁਖਦੇ ਨੇ ਜਾਂ ਕਮਰ ਦਰਦ ਆ, ਜਾਂ ਕਿਸੇ ਨੂੰ ਮੰਨ ਲਓ ਥਾਇਰਲ ਆ, ਇੱਕ ਚੁਟਕੀ ਨਾਲ ਹਟਾ ਦਿੰਦੇ ਆ। ਮੰਨ ਲਓ ਕਿਸੇ ਨੂੰ ਸ਼ੂਗਰ ਆ ਜਾਂ ਆਹ ਚੀਜ਼ਾਂ ਨੇ, ਇਹ ਚੀਜ਼ਾਂ ਦੀ ਦਵਾਈ ਨਹੀਂ ਅਸੀਂ ਦਿੰਦੇ ਜੋੜਾਂ ਦੀ। ਕਿੰਨੇ ਮਰੀਜ਼ ਠੀਕ ਕਰ ਚੁੱਕੇ ਹੁਣ ਤੱਕ? ਘੱਟੋ ਘੱਟ ਕਰਤਾ ਉਹ 1000-1500 ਜੀ। ਉਹਨਾਂ ਦੇ ਐਡਰੈਸ ਤੁਹਾਡੇ ਕੋਲ ਹੈ? ਸਾਰਿਆਂ ਦੇ ਐਡਰੈਸ ਨਹੀਂ ਜੀ ਮੇਰੇ ਕੋਲ, ਮੈਂ ਐਡਰੈਸ ਤੁਹਾਨੂੰ ਦੇ ਸਕਦਾ ਜੇ ਲੋੜ ਪਊਗੀ ਜੀ। ਜਿਸ ਤਰ੍ਹਾਂ ਬਹੁਤ ਸਾਰੇ ਹਸਪਤਾਲ ਖੁੱਲੇ ਆ ਜੀ, ਵੱਡੀਆਂ ਵੱਡੀਆਂ ਫੀਸਾਂ ਲਈਆਂ ਜਾਂਦੀਆਂ ਨੇ ਇਲਾਜ ਦੀ ਬਿਮਾਰੀ, ਤੁਸੀਂ ਕਿੰਨੀ ਫੀਸ ਪੇ ਲੈਂਦੇ ਹੋ? ਜਿਹੜੀ ਇਹ ਲੱਕੜ ਆ ਜੀ, ਇਹਦਾ 1100 ਰੁਪਈਆ ਅਸੀਂ 13 ਹੀ ਲੈਂਦੇ ਹਾਂ ਬਸ, ਉਦੋਂ ਬਾਅਦ ਲੋੜ ਨਹੀਂ ਪੈਂਦੀ। ਕਿਹੜੀ ਲੱਕੜ ਆ ਜਿਹੜਾ ਤੁਸੀਂ ਇਸਤੇਮਾਲ ਕਰਕੇ ਜਿਹੜੀ ਜੜ ਤੋਂ ਬਿਮਾਰੀ ਨੂੰ ਖਤਮ ਕਰਦੇ? ਇਹ ਲੱਕੜ ਗਲੇਲ ਬੂਟੀ ਦੀ ਹੈ ਜੀ, ਕੋਰੇ ਕੁੱਜੇ ਦੇ ਵਿੱਚ ਭਿਉਣੀ ਪੈਂਦੀ ਹੈ ਜੀ। ਮੰਨ ਲਓ ਤੜਕੇ ਉਹਦਾ ਖਾਲੀ ਪੇਟ ਪਾਣੀ ਪੈਣਾ ਪੀਣਾ ਪੈਂਦਾ ਜੀ। ਜੀ ਜਿਹੜਾ ਬੰਦਾ ਗੋਲੀ ਖਾਂਦਾ ਜੀ ਪਹਿਲੇ ਦਿਨ ਸੁੱਟ ਜੀ। ਜਿਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਅਸੀਂ ਦਰਸ਼ਕਾਂ ਦੇ ਨਾਲ ਰੂਬਰੂ ਕਰਾਂਗੇ, ਬਹੁਤ ਸਾਰੇ ਕਮੈਂਟ ਟਿੱਪਣੀਆਂ ਆਉਣਗੀਆਂ ਵੀ ਵੈਦ ਤਾਂ ਝੂਠ ਮਾਰੀ ਜਾਂਦਾ, ਤੁਸੀਂ ਕੋਈ ਉਹਨਾਂ ਨੂੰ ਪ੍ਰੂਫ ਦੇਣ ਲਈ ਕੀ ਸਾਬਤ ਕਰ ਸਕਦੇ ਹੋ? ਪ੍ਰੂਫ ਸਾਡੀ ਪੱਕੀ ਗਰੰਟੀ ਹੈ ਜੀ, ਪਹਿਲੇ ਦਿਨ ਗੋਲੀ ਸੁੱਟ ਜਾਂਦੀ, ਇਦੋਂ ਵੱਡਾ ਤਾਂ ਕੋਈ ਪ੍ਰੂਫ ਨਹੀਂ ਜੀ। ਇਹਦੂ ਕਿਹੜਾ 6 ਮਹੀਨੇ ਲੱਗਣੇ ਨੇ ਪਹਿਲੇ ਦਿਨ ਗੋਲੀ ਸੁੱਟ ਜੂ ਬੰਦੇ ਦੀ, ਹੋਰ ਕੀ ਚਾਹੀਦਾ ਜੀ। ਬਹੁਤ ਬੰਦਿਆਂ ਦੀ ਅਸੀਂ ਗੋਲੀਆਂ ਛੁਟਵਾਈਆਂ ਨੇ, ਅਗਲਾ ਪਤਾ ਕਰ ਸਕਦਾ। ਹੁਣ ਦੇਖੋ ਮਾਈ ਮਾਤਾ ਜੀ ਦਾ, ਮਾਤਾ ਦਾ ਮੰਦਰ ਪੈਂਦਾ ਕੁੱਸੇ, ਜਿੰਨੀਆਂ ਉੱਥੇ ਰੇਹੜੀਆਂ ਲੱਗਦੀਆਂ ਨੇ ਸਾਰਿਆਂ ਦਾ ਅਸੀਂ ਹਟਾਇਆ ਜੀ। ਪੁੱਛ ਸਕਦੇ ਹੋ ਤੁਸੀਂ ਜਾ ਕੇ, ਪਤਾ ਕਰ ਸਕਦੇ ਹੋ ਜੀ। ਸ਼ੂਗਰ ਤੇ ਸਰਵਾਈਕਲ ਤੋਂ ਬਿਨਾਂ ਹੋਰ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ? ਜੇ ਮੰਨ ਲਓ ਕਿਸੇ ਜਨਾਨੀ ਦੇ ਜਾਂ ਮੇਰੀ ਭੈਣ ਦੇ ਕਿਸੇ ਦੇ ਬੱਚਾ ਨਹੀਂ ਹੁੰਦਾ, ਅਸੀਂ 3 ਦਿਨ ਤੋਂ ਵੱਧ ਦਵਾਈ ਨਹੀਂ ਦਿੰਦੇ, ਸਾਡੀ ਪੱਕੀ ਗਰੰਟੀ ਹੁੰਦੀ ਆ। ਜੇ ਕਿਸੇ ਦਾ ਕੋਈ ਬੱਚਾ ਗੂੰਗਾ ਹੁੰਦਾ, ਉਹਨੂੰ ਨੁਕਸ ਕੋਈ ਨਹੀਂ ਹੁੰਦਾ, ਸੱਜੇ ਹੱਥ ਦੀ ਥੈਲੀ ਆ, ਕਿਤੇ ਦੱਬ ਕੇ ਦੇਖ ਲਿਓ ਬੱਚਾ ਲੇਰ ਮਾਰੂਗਾ। ਕਿਉਂ? ਇਹਦੇ ਨਾਲ ਕਨੈਕਸ਼ਨ ਹੁੰਦਾ ਜੀ ਇਹਦਾ ਜੀ, ਇਹ ਗਲੇ ਨਾਲ ਆਵਾਜ਼ ਦਾ ਕੋਈ ਕਨੈਕਸ਼ਨ ਨਹੀਂ ਹੁੰਦਾ, ਹੱਥ ਨਾਲ ਕਨੈਕਸ਼ਨ ਹੁੰਦਾ। ਜਦੋਂ ਨਾ ਆਹ ਚੀਜ਼ ਦੱਬੀ ਜਾਂਦੀ ਹੈ ਨਰਸਾਂ, ਜਦੋਂ ਅੱਜ ਦਾਈਆਂ ਤੋਂ ਜਾਂ ਆਪਾਂ ਤੋਂ, ਕਈ ਵਾਰੀ ਲਾੜ ਲਾੜ ਦੇ ਵਿੱਚ, ਮਤਲਬ ਇੱਥੋਂ ਬੱਚਾ ਗੂੰਗਾ ਹੋ ਜਾਂਦਾ ਜੀ ਜੀ, ਹੋਰ ਕੋਈ ਚੱਕਰ ਨਹੀਂ ਹੁੰਦਾ ਜੀ ਬੱਚੇ ਨੂੰ। ਮਤਲਬ ਜਿਹੜੀ ਤੁਸੀਂ ਇਹਨੂੰ ਸੇਵਾ ਭਾਵਨਾ ਦੇ ਨਾਲ ਕਰਦੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਮਤਲਬ ਦਵਾਖਾਨਾ ਹੋਣਾ ਚਾਹੀਦਾ ਇੱਦਾਂ ਕਿ ਘਰੇ ਕੰਮ ਕਰਦੇ? ਨਹੀਂ, ਘਰੇ ਕੰਮ ਕਰਦੇ ਹਾਂ ਜੀ। ਪਰ ਲੋਕ ਕਿਵੇਂ ਆਉਂਦੇ ਤੁਹਾਡੇ ਨਾਲ ਮਤਲਬ ਕੰਟੈਕਟ ਕਰਕੇ? ਲੋਕ ਜੀ ਸਾਨੂੰ ਬਹੁਤ ਜਾਣਦੇ ਨੇ ਜੀ। ਹੁਣ ਜੀ ਲੌਂਗੋਵਾਲ ਪਿੰਡ ਆ, ਲੌਂਗੋਵਾਲ ਪਿੰਡ ਸਾਰੇ ਹੀ ਸਾਤੋਂ ਦਵਾਈ ਲੈਂਦੇ ਜੀ। ਤੁਸੀਂ ਜਿਹੜੇ ਮੰਨ ਲਓ ਲੋਕ ਆ ਜੀ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਹਿਸਾਬ ਨਾਲ ਤੁਹਾਨੂੰ ਸੰਪਰਕ ਕਰ ਸਕਣ? ਮੇਰਾ ਨੰਬਰ ਹੈਗਾ ਜੀ, ਆ ਕਾਰਡ ਹੈਗਾ, ਦਿਖਾ ਸਕਦੇ ਹੋ ਜੀ ਦਰਸ਼ਕੋ? ਜਿਹੜਾ ਇਹ ਕਾਰਡ ਆ, ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਇਹਦੇ ਬਾਰੇ, ਡਿਟੇਲ ਪਾ ਦੇਵਾਂਗੇ। ਜੋ ਵੀ ਚਾਹਵਾਨ ਆ ਦੇਸੀ ਤਰੀਕੇ ਦੇ ਨਾਲ ਇਲਾਜ ਕਰਾਉਣ ਲਈ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤਾਂ ਉਹ ਇਹਨਾਂ ਵੈਦ ਜੀ ਕੋਲੋਂ ਆ ਕੇ ਜਿਹੜਾ ਆਪਣਾ ਇਲਾਜ ਕਰਵਾ ਸਕਦੇ ਨੇ। ਬਹੁਤ ਸਾਰੇ ਡਾਕਟਰ ਜਿਹੜੇ MBBS ਨੇ, ਜਾਂ ਕਹਿ ਲਈਏ ਕਿ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਵੈਦ ਜਾਂ ਦੇਸੀ ਵੈਦ ਹੀ ਕੰਮ ਕਰਦੇ ਸੀ, ਤੇ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਕਹਿਣਾ ਕਿ 18-19 ਸਾਲ ਤੋਂ ਇਹ ਸਰਵਾਈਕਲ ਤੇ ਸ਼ੂਗਰ ਦੇ ਮਰੀਜ਼ ਆ, ਜਿਹੜੀ ਇੱਕ ਲੱਕੜ ਦੇ ਨਾਲ ਉਹਦਾ ਇਲਾਜ ਕਰਦੇ ਨੇ, ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਆ, ਉਹ ਜਿਹੜੇ ਦਰਸ਼ਕ ਦੇਖ ਰਹੇ ਨੇ ਜਾਂ ਇਹਨਾਂ ਨੂੰ 18-19 ਸਾਲ ਤੋਂ ਜਾਣਦੇ ਨੇ, ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਗੇ। ਤੇ ਜਿਨ੍ਹਾਂ ਨੂੰ ਲੱਗਦਾ ਕਿ ਬਹੁਤ ਸਾਰੀਆਂ ਦਵਾਈਆਂ ਲੈ ਲੈ ਅੱਕ ਚੁੱਕੇ ਹੋਣਗੇ, ਥੱਕ ਚੁੱਕੇ ਹੋਣਗੇ, ਤਾਂ ਇੱਕ ਵਾਰ ਵੈਦ ਨੱਥੂ ਰਾਮ ਜੀ ਨਾਲ ਸੰਪਰਕ ਕਰਕੇ ਤੁਸੀਂ ਇੱਕ ਵਾਰੀ ਜਿਹੜਾ ਕਹਿੰਦੇ ਨੇ ਸੇਵਾ ਦਾ ਮੌਕਾ ਜ਼ਰੂਰ ਦਿਓ। ਦੂਜੀ ਗੱਲ ਇਹ ਹੈ ਕਿ ਅਸੀਂ ਵੱਡੇ ਵੱਡੇ ਹਸਪਤਾਲਾਂ ਦੇ
ਹਜ਼ਾਰਾਂ ਲੱਖਾਂ ਰੁਪਈਆ ਖਰਚ ਕਰਕੇ ਵੀ ਸਾਡੀ ਸਿਹਤ ਵਿੱਚ ਕੋਈ ਅਸਰ ਨਹੀਂ ਪੈਂਦਾ, ਬਿਮਾਰੀ ਜਿਹੜੀ ਹੈਗੀ ਉਹ ਲਗਾਤਾਰ ਲੱਗੀ ਜਿਹੜੀ ਸਾਨੂੰ ਘੁਣ ਵਾਂਗ ਖਾਂਦੀ ਰਹਿੰਦੀ ਆ। ਅਤੇ ਕਹਿੰਦੇ ਹੁੰਦੇ ਕਿ ਜਦੋਂ ਰਾਮ ਆਉਣਾ ਹੁੰਦਾ ਇੱਕ ਚੂੰਡੀ ਦੇ ਨਾਲ ਹੀ, ਸਵਾਦ ਚੂੰਡੀ ਦੇ ਨਾਲ ਹੀ ਆ ਜਾਂਦਾ। ਅਤੇ ਮੇਰਾ ਖਿਆਲ ਆ ਕਿ ਨੱਥੂ ਰਾਮ ਵੈਦ ਆ ਜਿਹੜੇ, ਤੁਸੀਂ ਦਾਅਵਾ ਕਰਦੇ ਹੋ ਜੀ ਬਿਮਾਰੀ ਨੂੰ ਠੀਕ ਕਰ ਸਕਦੇ? ਪੂਰਾ ਵੱਧ ਤੋਂ ਵੱਧ ਜੇ ਕਿਸੇ ਦੇ ਗੋਡੇ ਦੁਖਦੇ ਹੋਣ ਅਸੀਂ 5 ਮਿੰਟ ਲਾਉਂਦੇ ਹਾਂ ਜੀ, ਕੋਈ ਦਵਾਈ ਨਹੀਂ ਦਿੰਦੇ ਅਸੀਂ। ਜੇ ਕਿਸੇ ਦੀ ਕਮਰ ਦੁਖਦੀ ਹੈ ਤਾਂ ਸਿਰਫ 3 ਮਿੰਟ ਲਾਉਂਦੇ ਹਾਂ। ਦਰਸ਼ਕੋ ਦੇਖ ਸਕਦੇ ਹੋ ਥੋੜੇ ਸਮੇਂ ਦੇ ਵਿੱਚ ਹੀ ਜਿਹੜੀਆਂ ਵੱਡੀਆਂ ਗੱਲਾਂ ਕਹਿਣੀਆਂ, ਇਹ ਖਾਲਾ ਜੀ ਦਾ ਵਾੜਾ ਨੀਗਾ। ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਉਹ ਜਿਹੜੇ ਇੱਥੇ ਪਹੁੰਚੇ ਨੇ, ਬੇਸ਼ੱਕ ਸਾਨੂੰ ਪਤਾ ਕਿ ਬਹੁਤ ਸਾਰੀਆਂ ਟਿੱਪਣੀਆਂ ਹਾਸੋਹੀਣੀਆਂ ਵੀ ਹੋ ਸਕਦੀਆਂ ਨੇ, ਪਰ ਵੈਦ ਨੱਥੂ ਰਾਮ ਦਾ ਕਹਿਣਾ ਕਿ ਹੁਣ ਤੱਕ 17-18 ਸਾਲ ਜਿਹੜੇ ਹੋ ਗਏ ਇਹਨਾਂ ਨੂੰ ਦੀਨਾ ਸਾਹਿਬ ਦੇ ਵਿੱਚ ਰਹਿੰਦੇ ਹੋਏ, ਅਤੇ ਬਹੁਤ ਸਾਰੇ ਜਿਹੜੇ ਸੈਂਕੜੇ ਮਰੀਜ਼ ਆ ਇੱਥੇ ਇਹਨਾਂ ਕੋਲੋਂ ਠੀਕ ਹੋ ਕੇ ਗਏ ਨੇ। ਅਤੇ ਮੇਰਾ ਖਿਆਲ ਆ ਕਿ ਇੱਕ ਵਾਰ ਆ ਜਿਹੜੇ ਰੋਗੀ ਨੇ ਜਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ, ਤਾਂ ਇੱਕ ਵਾਰ ਵੈਦ ਜੀ ਨਾਲ ਜ਼ਰੂਰ ਸੰਪਰਕ ਕਰੋ। ਸੋ ਹੋਰ ਅਪਡੇਟਸ ਲਈ ਬਣੇ ਰਹੋ JBS ਟਾਈਮ ਦੇ ਨਾਲ।